हाँ जी सत श्रीकाल जी सारे वधिया फार्म यूट्यूब चैनल पर तुहाडा स्वागत है जी। किसान वीरों अज दे जिहड़ी आपां वीडियो बना रहे हैं पिंड सिंघपुरा तहसील डेरा बाबा नानक ते जिला गुरदासपुर ते लागे वीर जी नूं रामदास पै जांदा। ते अज दी वीडियो में तुहानूं दो गावां दिखाउणियां है। अगे भी इस घर दे विच तुहानूं वीडियो काफ़ी दिखाई दियां वा ਤੇ ਅੱਜ ਵੀ ਤੁਹਾਨੂੰ ਦੋ ਗਾਵਾਂ ਜਿਹੜੀਆਂ ਦਿਖਾਵਾਂਗੇ। ਗਾਵਾਂ ਦੋਵੇਂ ਦੇਖਣ 'ਚ ਚੰਗੀਆਂ। ਹੁਣ ਵੇਖੋ ਗੱਲਬਾਤ ਆਪਾਂ ਵੀਰ ਜੀ ਨਾਲ ਕਰਦੇ ਹਾਂ, ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ? ਬਸ ਠੀਕ ਠਾਕ, ਤੁਸੀਂ ਸੁਣਾਓ? ਸਭ ਠੀਕ ਠਾਕ ਜੀ। ਹਾਂਜੀ ਮੁਬਾਰਕਾਂ ਹਨ ਫਿਰ ਤੁਹਾਨੂੰ। ਤੁਹਾਨੂੰ ਵੀਰ ਜੀ ਬਹੁਤ ਸਾਰੀਆਂ। ਹੋਰ ਵਧੀਆ ਚੱਲੀ ਜਾਂਦਾ ਕੰਮ ਕਾਰ? ਫਿਰ ਜੀ ਕੰਮ ਵਿੱਚ ਬਹੁਤ ਵਧੀਆ ਚੱਲਣ ਡਿਆ। ਆਪਣੇ ਵੀਰਾਂ ਨੂੰ ਦੱਸ ਦਈਏ ਮੁਬਾਰਕਾਂ ਦਾ ਕਿ ਵੀਰ ਜੀ ਨਾਲ ਦਾ ਨਵਾਂ ਨਵਾਂ ਹੀ ਅਜੇ ਥੋੜੇ ਕੁ ਦਿਨ ਹੋਏ ਵਿਆਹ ਹੋਇਆ ਵਾ, ਉਹਦੇ ਕਰਕੇ ਜਿਹੜਾ ਵਾ ਕਾਫੀ ਦਿਨਾਂ ਬਾਅਦ ਵੀਡੀਓ ਆਉਣ ਲੱਗੀ ਹਨਾ। ਵੀਡੀਓ ਤੇ ਮਾਲ ਤੇ ਆਉਂਦਾ ਜੋ ਪ੍ਰੋਬਲਮ ਆ, ਗਾਂ ਫੜੀ ਜੀ ਘੱਟ ਮਿਲਦੀ ਆ। ਅੱਛਾ, ਤੇ ਗਾਂ ਆਉਂਦੇ ਆਉਂਦੇ ਵਿਕ ਜਾਂਦੀ। ਇਹ ਵੀ ਰਾਤੀ ਤੁਹਾਨੂੰ ਮੈਂ ਫੋਨ ਕੀਤਾ, ਮੈਂ ਚਲੋ ਵੀਰ ਉਹਨਾਂ ਨੂੰ ਵਾਵਾ ਦੇਰ ਹੋ ਗਿਆ ਵੀਡੀਓ ਪਾਣੀ, ਇਹਨੂੰ ਬੜੇ ਵੀਰ ਫੋਨ ਕਰਨ ਦੇ ਸੀ ਠੀਕ ਹੈ, ਵੀਡੀਓ ਨਹੀਂ ਆਉਣੀ ਤੁਹਾਡੀ। ਅੱਛਾ ਅੱਛਾ, ਮੈਂ ਚਲ ਅੱਜ ਵੀਡੀਓ ਪਾ ਦਿੰਦਾ। ਹਾਂਜੀ, ਨਾਲੇ ਫਿਰ ਪ੍ਰੋਗਰਾਮ ਜੋ ਵੀ ਹੈ ਨਾ ਉਹਦੇ ਕਰਕੇ ਉੱਥੇ ਕੰਮ ਕਰਕੇ ਵੀ ਥੋੜਾ ਕਿੰਨੇ ਦਿਨ ਲੱਗ ਗਏ ਉੱਧਰ ਹਨਾ। ਹਾਂਜੀ ਠੀਕ ਹੈ, ਨਾਮ ਦੱਸਦੇ ਕਰੀਏ ਆਪਣਾ? ਨਾਮ ਵਿੱਚ ਮੇਰਾ ਹਰਪ੍ਰੀਤ ਸਿੰਘ, ਹਾਂਜੀ ਪਿੰਡ ਸਿੰਘਪੁਰਾ ਜੋ, ਤੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ। ਤੇ ਫੋਨ ਨੰਬਰ ਬੋਲਦੇ ਕਰੀ? ਫੋਨ ਨੰਬਰ 6842 2943। ਠੀਕ ਹੈ, ਤੇ ਇੱਥੇ ਵੀ ਜੀ ਡੇਰਾ ਬਾਬਾ ਨਾਨਕ ਕਿੰਨਾ ਜੀ ਆਪਾਂ? ਡੇਰਾ ਬਾਬਾ ਨਾਨਕ 10-11 ਕਿਲੋਮੀਟਰ ਆ। ਤੇ ਰਮਦਾਸ ਕਿੰਨਾ ਜੀ? ਰਮਦਾਸ 3 ਕਿਲੋਮੀਟਰ, ਉਹ ਅੰਮ੍ਰਿਤਸਰ 'ਚ ਪੈਂਦਾ ਹੈ। ਅੱਛਾ, ਤੇ ਡੇਰਾ ਬਾਬਾ ਨਾਨਕ ਗੁਰਦਾਸਪੁਰ 'ਚ ਪੈਂਦਾ। ਤੇ ਇੱਥੋਂ ਅਜਨਾਲਾ ਕਿੰਨਾ ਕੁ ਪੈ ਜਾਊ ਆਪਾਂ ਨੂੰ? ਅਜਨਾਲਾ ਜੀ ਉਹ ਕੋਈ 15-16 ਕਿਲੋਮੀਟਰ। 15-16, ਉਹਨਾਂ ਕਿ ਡੇਰਾ ਬਾਬਾ ਨਾਨਕ ਤੇ ਉਹਨਾਂ ਕਿ ਆਪਾਂ ਨੂੰ ਅਜਨਾਲਾ ਹਨਾ। ਹਾਂਜੀ ਠੀਕ ਹੈ, ਤੇ ਫੋਨ ਨੰਬਰ ਬੋਲਦੇ ਕਰੀ? ਫੋਨ ਨੰਬਰ 6842 ਹਾਂਜੀ 2943। ਠੀਕ ਹੈ ਜੀ, ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ 'ਤੇ ਜਿਹੜੀ ਗਾਂ ਬੰਨੀ ਇਹਦੇ ਤੋਂ ਹੀ ਆਪਾਂ ਕਰਨੀ। ਥਾਣੇ ਦੇ ਕਰੀ ਲਾਗੇ ਤਾਂ ਦੇਖ ਸਕਦੇ ਜੀ ਕੱਦ ਕਾਠ ਜਿਹੜੀਆਂ ਦੋਵਾਂ ਗਾਵਾਂ ਦੇ ਚੰਗੇ ਆ। ਕਿੰਨਾ ਕੁ ਟਾਈਮ ਮਿਲ ਜੀ ਲੈ ਜੂ ਸੋਣ ਚ? ਵੀਰ ਜੀ ਇਹ 5-6 ਦਿਨ ਖੜਦੀ ਆ ਮਸ਼ੀਨ। ਅੱਛਾ, ਹਾਂਜੀ 5-6 ਦਿਨ ਲੈ ਜੂਗੀ। ਹਾਂਜੀ, ਦੂਸਰਾ ਸੁਬਾ ਸੋਣਾ ਇਹਨੇ, ਦੁੱਧ ਨੋਰਮਲ ਸੇ ਆ ਦੇ 15-16 ਲੀਟਰ ਮਾਂ ਨਾਲ ਚਵਾਈ ਜਾਊਗੀ। ਅੱਛਾ, ਚਵਾ ਦੋ 15-16 ਲੀਟਰ, ਬਾਕੀ ਵੀਰ ਉਹਨਾਂ ਨੇ ਵੇਖ ਲੈਣਾ ਥਾਂ ਚੱਡੇ ਤੋਂ। ਹਾਂਜੀ ਹਾਂਜੀ ਹਾਂਜੀ, ਤੇ ਉਂਝ ਠੰਡੀ ਤੇ ਰਹੀ ਆ? ਠੰਡੀ ਤੇ ਰਹੀ ਨਾ ਵੀਰ ਜੀ, ਬੈਜੋ। ਅੱਛਾ ਠੀਕ ਹੈ, ਆ ਦੇ ਸਕਦੇ ਜੀ, ਠੰਡੀ ਤੇ ਰਹੀ ਆ ਬਾਕੀ। ਠੀਕ ਹੈ ਵੀਰ ਜੀ, ਖੋਲ੍ਹੋ ਫਿਰ ਤੋਰੀ ਇੱਕ ਵਾਰੀ। ਅਜੇ ਫੋਨ ਤੱਕ ਚੰਗਾ ਭਰੂਗੀ। ਠੀਕ ਹੈ ਵੀਰ ਜੀ, ਲਿਆ ਘੁੰਮਾ ਕੇ। ਬਾਕੀ ਥਾਣਾ ਦੀ ਵੀ ਸੋਹਣੀ, ਥਾਣੇ ਦੇ ਦੂਸਰੇ ਪਾਸੇ ਤੋਂ ਇੱਕ ਵਾਰੀ ਦੇਖ ਸਕਦੇ ਜੀ, ਆ ਦੇਖ ਸਕਦੇ ਜੀ ਗੈਪ ਥਾਣਾ ਦਾ ਚੰਗਾ, ਸਾਈਜ਼ ਵੀ ਚੰਗਾ। ਵੀਰ ਜੀ ਫਿਰ ਮੁੱਲੇ ਦਾ ਕਰਦੀ ਹੈ ਜੀ ਅੱਜ ਆਈ ਮੁੱਲੇ ਵਿੱਚ ਮੱਛੀ ਦੇ ਭਾਵੇਂ 40,000 ਰੁਪਏ ਵੇਚਦੀ ਦੀ ਆ। ਅੱਛਾ, ਬਾਕੀ ਵੀਡੀਓ ਦਿਨਾਂ ਬਾਅਦ ਭਾਈ ਉਹਨੂੰ ਭਾਣਾ ਹੀ ਮਾਲ ਦੇਣਾ ਵਾ। ਕਿੰਨੇ ਦੇ ਦੋਗੇ? 37,000 ਦੀ ਦੇਣਾ। 37,000 ਦੀ ਦੇ ਦੋਗੇ? ਕਰੋਗੇ ਮਾਨਤਨ? ਕਰ ਦਾਂਗੇ ਥੋੜਾ ਬਹੁਤ। ਕਿੰਨਾ ਕਰ ਦੋਗੇ? ਕਰਾਈਏ ਫਿਰ ਛੋਟ, ਅੱਜ ਫਿਰ ਹੁਣ ਵਿਆਹ ਨਵਾਂ ਨਵਾਂ ਆਇਆ, ਖੁਸ਼ੀ ਚ ਕਰ ਦਿਓ ਫਿਰ। ਹੁਣ ਤੁਹਾਡਾ ਕਹਿਣਾ ਨਹੀਂ ਮੋੜਦਾ ਕਿਉਂਕਿ ਦਿਨਾਂ ਬਾਅਦ ਆਏ ਜੋ। ਠੀਕ ਹੈ, 2,000 ਕਰ ਦੋਗੇ? ਵੇਖ ਲਓ ਜੀ 35,000 ਚੋਂ ਵੀ ਮਾਨਤਾਨ ਵੀਰ ਜੀ ਨੇ ਕਹਿੰਦੇ ਕਿ ਆਪਾਂ ਕਰ ਦਿਆਂਗੇ। ਬਾਕੀ ਕੱਦ ਕਾਠ ਵੀ ਠੀਕ ਹੈ, ਤੇ ਥਣ ਹਵਾਨੇ ਦੀ ਵੀ ਜਿਹੜੀ ਸੋਹਣੀ ਹੈ, ਉਂਝ ਵੀ ਠੰਡੀ ਧੀਰੀ ਹੈ। ਹੁਣ ਤੁਹਾਨੂੰ ਦੂਸਰੇ ਨੰਬਰ 'ਤੇ ਇੱਕ ਹੋਰ ਕਾਫੀ ਖੂਬਸੂਰਤ ਇੱਕ ਵੈੜ ਤੁਹਾਨੂੰ ਦਿਖਾਉਣੀ ਹੈ, ਰੰਗ ਰੂਪ ਦੀ ਇਹ ਵੀ ਜਿਹੜੀ ਕਾਫੀ ਸੋਹਣੀ ਹੈ। ਕੱਦ ਕਾਠ ਜਿਹੜਾ ਇਹਦਾ ਇਹਦੇ ਨਾਲ ਵੀ ਉੱਚਾ, ਗੈਪ ਥਣਾਂ ਦਾ ਵੀ ਇਹਦਾ ਵੀ ਚੰਗਾ। ਆ ਦੇਖ ਸਕਦੇ ਜੀ
बाकी मिल्क मेन भी सोहनी दिखन दी आप देख सकते इन्हें किनवा सुबह सोना जी बीजी ये बीजी दूसरा सुबह बच्ची सोनी है अच्छा ये बच्ची लगी फार्म चो आपा अच्छा जी हाँ जी पहले सुबह बच्ची ने 16-17 लीटर दूध कढ़ाया ने ठीक है ते बच्ची ने बीजी कोई परवाह नहीं ऊपर था आया करके आई है हाँ जी जितना मर्जी जितना मर्जी आ लिखो अच्छा हाँ दे सर जी जितना मर्जी बैठो बच्ची चले आओ हाँ जी हाँ जी अच्छा भी लीटर भी पली जुड़ी है कद बड़ा बच्ची का हाँ जी हाँ जी हाँ जी ठीक है ठंडी धीरी बड़ी है बच्ची को बाकी ठंडी धीरे पशु का जरा वाधा हों वा बाकी है भी कद काठ वाली है रंग भी चंगी हाँ जी हाँ जी हाँ जी सामी चंगी है हाँ जी हवाना भी कंपैक्ट जहा रखूगी है ना रस्सी का थोड़ा जहा करती है बाकी कद काठ की चंगी इच्छी है तो हवाना जरा सोहना तैयार करूगी दुध 20 लीटर वीरियन कहते कि चवा दूगी जा अपना दा चंगा ठीक है वीर ला जा घुमा जी ਮੁੱਲ ਫਿਰ ਵੀਰ ਜੀ ਆਪਾਂ ਇਹਦਾ ਵੀ ਜਾਇਜ਼ ਜਿਹਾ ਕਰ ਦਈਏ ਵੀਰ ਜੀ ਵੱਛੀ ਜਿੱਡੀ ਵੱਛੀ ਹੈ ਮੈਂ 60 ਦੀ ਮੈਂ 65 ਦੀ ਵੀ ਵੇਚ ਦਈ ਆ ਹਾਂਜੀ ਉਹ ਵੀ ਵਜਨ ਵਾਲੀ ਆ ਹਾਂਜੀ ਨਾ ਤਾਂ ਆਪਾਂ 60 ਮੰਗਣਾ ਤਾਂ ਨਾ 55 ਅੱਛਾ 50,000 ਦੀ ਵੱਛੀ ਦੇ ਦਾਂਗੇ 50,000 ਦੀ ਦੇ ਦੋਗੇ ਉਹ ਚੋਂ ਵੀ ਕਰ ਦੋਗੇ ਮਾਨ ਕਰ ਦਾਂਗੇ ਕਿੰਨਾ ਕੁ ਕਰ ਦੋਗੇ ਇਹ ਚੋਂ ਵੀ ਹੁਣ ਤੁਸੀਂ ਦੱਸ ਦਿਓ ਆਪਣੀ ਖੁਸ਼ੀ ਨਾਲ ਕਰ ਦਿਓ ਤੁਸੀਂ ਆਪੇ ਕਰਾ ਦਿਓ ਫਿਰ ਤੁਸੀਂ ਜਾ ਜਾ ਤੁਸੀਂ ਹੁਣ ਆਪ ਆਪਣੀ ਖੁਸ਼ੀ ਨਾਲ ਜਿੰਨਾ ਤੁਸੀਂ ਛੱਡਨੇ ਛੱਡ ਦਿਓ ਦੋ ਹੀ ਫਿਰ ਚੋਂ ਛੱਡ ਦਾਂਗੇ ਅੱਛਾ 48,000 ਦੀ ਦੇ ਦੋ 48,000 ਪਰ ਦਿੰਦਾ ਕੋਈ ਨਹੀਂ ਵੀਰ ਜੀ ਹੁਣ ਮਸ਼ੀਨ ਨਹੀਂ ਉਹ ਚੋਂ ਵੀ ਕਰ ਦੋਗੇ 48 ਚੋਂ ਉਹ ਚੋਂ ਵੀ ਖੁਸ਼ੀ ਨਾਲ ਕਰ ਦਾਂਗੇ ਕਿਹੜੀ ਗੱਲ ਆ ਅੱਛਾ ਹਾਂਜੀ ਲਾਵੇ ਕੋਈ ਵੀਰ ਫੋਨ ਹਾਂ ਹਾਂਜੀ ਫੋਨ ਲਾਵੇ ਬਾਕੀ ਮਸ਼ੀਨ ਵੀਰ ਜੀ ਵੱਡੀ ਆ ਮਸ਼ੀਨ ਹਾਂਜੀ ਹਾਂਜੀ ਮਸ਼ੀਨ 20 ਪਲੱਸ ਵਾਲੀ ਹੈ 20 ਲੀਟਰ ਦੇ ਨੂੰ ਕੀ ਜਾਂਦਾ ਮਸ਼ੀਨ ਹੋ ਜਾਹੋ ਜੀ ਮਸ਼ੀਨ ਹਾਂਜੀ ਬਾਕੀ ਚੰਗੇ ਕੱਦ ਕਾਠ ਵਾਲੀ ਹੈ ਹਾਂਜੀ ਬਾਕੀ ਵੇਅਰ ਠੰਡੀ ਤੇ ਰਿਹਾ ਮੈਂ ਇਦਾਂ ਹੀ ਫੇਰ ਬਹਿ ਜਾਵਾਂ ਠੀਕ ਹੈ ਬਾਕੀ ਕੋਈ ਵੀਰ ਫੋਨ ਜ਼ਰੂਰ ਲਾਵੇ ਹਨਾ ਕਈ ਵਾਰੀ ਪਤਾ ਨਹੀਂ ਹੁੰਦਾ ਸੌਦਾ ਕਿੱਥੇ ਹੋ ਜਾਂਦਾ ਵਾ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਨਹੀਂ ਬਸ ਵੀਰ ਜੀ ਬਾਕੀ ਮੇਰਾ ਵੀਰ ਕੋਈ ਵੀ ਆਣ ਕੇ ਤਸੱਲੀ ਕਰਕੇ ਆਪਣੀ ਖੜੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਜਿਹੜੇ ਵੀਰ ਜੀ ਹੁਣਾਂ ਨੇ ਦੋ ਵਗਾਓ ਕੀਤੇ ਤੇ ਦੋਵੇਂ ਜਿਹੜਾ ਸੋਹਣੀਆਂ ਵੈੜਾਂ ਵਾ ਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਪਾਸ ਕਰਕੇ ਤਸੱਲੀ ਕਰਕੇ ਫਿਰ ਆਪਣਾ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ